ਇੰਨੇ ਪਰਿਵਾਰ ਦੇ ਨਾਲ ਪਾਪੇ ਪੋਸਾ ਪੀ ਪੀ ਬਾਪੇ ਹਾਂਜੀ ਮਖਤਿਆਰਾ ਦੇ ਰਹਾ ਮਾਮੀ ਆ ਹਾਂਜੀ ਦਲਵੀਰ ਕਿੱਥੇ ਆ ਦੱਸੋ ਉਹ ਵੀ ਨਹੀਂ ਮੈਨੂੰ ਪਤਾ ਜੀ ਕਿੱਥੇ ਉਹਨੇ ਜ਼ਹਿਰ ਦਿੱਤਾ ਤੈਨੂੰ ਪੈਸੇ ਕਢਾਉਣੇ ਨੇ ਨਾ ਨਾਲੇ ਪੈਸਿਆਂ ਤੈਨੂੰ ਪੈਸਿਆਂ ਦੀ ਗੱਲ ਕਰਨ ਨੂੰ ਕਿਹਨੇ ਕਿਹਾ ਕਾਦੇ ਵਾਸਤੇ ਮਨ ਨੂੰ ਨਹੀਂ ਮੰਨਦਾ ਤੂੰ ਦੇਖ ਜਦੋਂ ਤੇਰੀ ਤਾਈ ਵਾਲੀ ਗੱਲ ਜੀ ਹੋਈ ਸੀ ਉਦੋਂ ਰੌਲਾ ਜਿਹਾ ਪੈ ਕੇ ਸਾਰਾ ਥਾਣੇ 'ਚ ਹੀ ਗਿਆ ਮੇਰੇ ਸਾਰਿਆਂ ਮੇਰਾ ਤਾਂ ਭਾਈ ਨਾਸੀ ਤੂੰ ਹਾਲਿਆ ਤਾ ਜੀ ਇਹਨਾਂ ਨੇ ਤੁਹਾਨੂੰ ਦੱਸਾਂ ਮੈਂ ਫਿਰ ਪੂਰੇ 2.5 ਮਹੀਨੇ ਮੇਰੇ ਗੇੜੇ ਲਵਾਈ ਗਏ ਬਿਨਾਂ ਗੱਲ ਤੋਂ ਮੇਰੇ ਗੇੜੇ ਲਵਾਈ ਗਏ ਫਿਰ ਹੋਰ ਤਾਇਆ ਮੈਂ ਤੈਨੂੰ ਕੀ ਪਿੱਟਦਾ ਤਾਂ ਹੀ ਮੈਂ ਹੁਣ ਇਹਨਾਂ ਨੂੰ ਖਵਾ ਕੇ ਆਇਆ ਪੈਸੇ ਮੈਂ ਚੱਲ ਛੇਤੀ ਕੰਮ ਕਰ ਦੇਣਗੇ ਉਦੋਂ ਮੈਂ 1 ਰੁਪਿਆ ਨਹੀਂ ਦਿੱਤਾ ਦੀ ਮੇਰੇ ਕੰਨੀ ਬਹੁਤ ਭਾਈ ਸਰਪੰਚ ਨੇ ਪਿੰਡ ਦੇ ਨੇ ਕਹਿੰਦਾ ਤੂੰ ਖਵਾ ਦੇ ਮਖਦਾਰੇ 4 ਪੈਸੇ ਤੇਰਾ ਕੰਮ ਬਣ ਜੂ ਉਹ ਮਹਾਂ ਭਾਈ ਮੈਂ ਤੀ ਪੱਲੇ ਦਾ ਪੂਰਾ ਮਹਾਂ ਮੈਂ ਨਹੀਂ ਆ ਕਰਦਾ ਦੂਜਾ ਨੰਬਰ ਤਾਂ ਮੈਂ ਕਰਦੀ ਨਹੀਂ ਦੂਜਾ ਨੰਬਰ ਨਹੀਂ ਮੈਂ ਕਰਦਾ ਐਡੀ ਕੀ ਗੱਲ ਪਿੱਛੇ ਇੰਨੇ ਪੈਸੇ ਨਹੀਂ ਲੱਗਦੇ ਜਿਵੇਂ ਤੂੰ ਥੋੜਾ ਚੋੜਾ ਐ ਕਰਕੇ ਦਰਤਾ ਤੂੰ ਦੇਖੀ ਪੱਖ ਮੇਰਾ ਪੂਰ ਦੇ ਤੇ ਮੇਰੇ ਸਾਲੇ ਨੂੰ ਨਾ ਦਰਖਾਸਤ ਕਰਾਇਆ ਮਖਤਿਆਰਾਂ ਨਾਲ ਕਹੀ ਮੁੰਨ ਦੀ ਤਾੜੀ ਮੰਨ ਦੀ ਮੇਰੇ ਨਾਲ ਰਿਹਾ ਮੈਂ ਗੱਲਾਂ ਕਰਦਾ ਮੇਰੇ ਹੱਥਾਂ 'ਚ ਹੀ ਪਲੇ ਨੇ ਕਹੀ ਦੀਆਂ ਗੱਲਾਂ ਕਰਦਾ ਤੂੰ ਤਾਇਆ ਮੰਨ ਵੀ ਲਈ ਹੁੰਦੀ ਆ ਕਿਸੇ ਦੀ ਉਹ ਤੂੰ ਹੀ ਜਾਣਦਾ ਯਾਰ ਤੂੰ ਮਖਤਿਆਰੇ ਨੂੰ ਥਾਣੇ ਚ ਦਿਆ ਸਾਰੇ ਪੈਸੇ ਨੌਕਰੀ ਤੋਂ ਹਾਂ ਜੀ ਉਹ ਕਹਿੰਦੇ ਤਾਇਆ ਮੈਨੂੰ ਕਹਿ ਕੇ ਗਿਆ ਸੀ ਕਹਿੰਦਾ ਰੋਟੀ ਫੜਾਈ ਨਾਲੇ ਕਹਿੰਦਾ ਮੈਂ ਉਹਦਾ ਦਲਵੀਰ ਦਾ ਨਾਮ ਥਾਣੇ ਦਾ ਖਾ ਕੇ ਆਊਂਗਾ ਨੌਕਰੀ ਤੋਂ ਲਹਾਉਂਗਾ ਇਹਨੂੰ ਮੈਂ ਵੀ ਇਹ ਜ਼ਿਆਦਾ ਚਾਂਬੜਿਆ ਫਿਰਦਾ ਇਹਨੂੰ ਗਰੂਰ ਹੋਇਆ ਪਿਆ ਆਪਦੀ ਨੌਕਰੀ ਦਾ ਅੱਛਾ ਐਵੇਂ ਜੇ ਗੱਲਬਾਤ ਹਾਂ ਜੀ ਅੱਜ ਬੋਲਦਾ ਸੀ ਕੁਛ ਹਾਂ ਜੀ ਤੁਹਾਨੂੰ ਤਾਂ ਵਧੀਆ ਗਾਲਾਂ ਕੱਢ ਕੇ ਗਿਆ ਜੀ ਉਹ ਮਾਂ ਭੈਣ ਦੀਆਂ ਗੰਦੀਆਂ ਕੋਈ ਨਾ ਇਹਨੂੰ ਸਿਮੋ ਇਹਨੂੰ ਕਾਹਦਾ ਹੰਕਾਰ ਹੋ ਰਿਹਾ ਵੀ ਮੈਂ ਡੀ ਪੀ ਮਾਸਟਰ ਨੂੰ ਅੱਛਾ ਲਹਾ ਲੂੰ ਹੈ ਉਹ ਤਾਂ ਕਹਿੰਦਾ ਇਹਨੂੰ ਇਹ ਨਹੀਂ ਪਤਾ ਵੀ ਡੀ ਪੀ ਸਰ ਨੇ ਦਲਬੀਰ ਮਾਸਟਰ ਨੇ 4 ਕੂਟਾਂ ਦਾ ਰਾਜ ਪ੍ਰਾਪਤ ਕੀਤਾ ਮਾਝਾ ਮਾਲਵਾ ਦੁਆਬਾ ਪੁਆਧ ਕਿੰਨੇ ਹੋ ਗਏ ਮਾਝਾ ਮਾਲਵਾ ਦੁਆਬਾ ਪੁਆਧ 4 ਹੋ ਗਏ ਜੀ ਹਾਂ 4 ਹੋ ਗਏ ਨਾ ਤੂੰ ਇਹ ਨਹੀਂ ਪਤਾ ਵੀ ਜਿੰਨੇ ਡੀ ਪੀ ਸਰ ਨੇ ਟਰਾਲੀਆਂ ਭਰ ਕੈਂਟਰ ਭਰ ਕੇ ਟੋਲਾ ਪਿੰਡ 'ਚ ਆ ਜਾਣਗੇ ਹੈ ਜੀ ਹਾਂ ਇੰਨੀ ਕੁ ਖੱਟੀ ਹੋਈ ਆ ਸਿੰਮੂ ਇਹ 4 ਕੌੜੀ ਦਾ ਬੰਦਾ ਇਹ ਕੀ ਲਹਾ ਦੂ ਮੈਨੂੰ ਉਹ ਤਾਂ ਕਹਿੰਦਾ ਸੀ ਕਹਿੰਦਾ ਲੇਲੜੀਆਂ ਕੱਢਦਾ ਫਿਰੂਗਾ ਮਾਸਟਰ ਦਾ ਦੇਖੀ ਕਹਿੰਦਾ ਮੈਂ ਥਾਣੇ ਹੁਣ ਜਾਂਦਾ ਹੁਣ ਪਤਾ ਕਿੱਥੇ ਬੈਠਿਆ ਮੈਂ ਕਿੱਥੇ ਬੈਠੇ ਜੀ ਭਗਵੰਤ ਮਾਨ ਦੀ ਕੋਠੀ 'ਚ ਬੈਠਿਆ ਤੁਸੀਂ ਜੀ ਹਾਂ ਉਹਨਾਂ ਦੇ ਗੁੜੀਆ ਹੋਈ ਹੈਗੀ ਉਹਨਾਂ ਦੀ ਗੁੜੀਆ ਨੂੰ 100 ਰੁਪਿਆ ਦੇਣ ਗਿਆ ਹੋਇਆ ਅੱਛਾ ਜੀ ਅੱਛਾ ਇਸ ਟਾਈਮ ਆਹ ਦੇਖ ਲਾ ਭਗਵੰਤ ਮਾਨ ਸਾਹਿਬ ਆਪ ਕੀ ਵੀ ਪਾ ਰਹੇ ਨੇ ਮੂੰਹ 'ਚ ਸਰ ਪਾਇਓ ਹਾਏ ਲੈ ਕਿਆ ਬਾਤ ਹੈ ਨਾ ਜੀ ਚੜ੍ਹਾਈ ਹੈ ਨਾ ਕਾਲੇ ਅੰਗੂਰ ਰਹਿਣ ਦੋ ਸਾਰਾ ਨਹੀਂ ਮਾਨ ਸਾਹਿਬ ਕੀ ਗੱਲਾਂ ਕਰਦੇ ਹੋ ਹੈ ਕੀ ਹੋ ਗਿਆ ਜੀ ਵੱਡਾ ਉਹਦਾ ਦੇਣ ਨੂੰ ਫਿਰਦੇ ਨੇ ਤੁਹਾਨੂੰ ਜੀ ਹਾਂ ਕਹਿੰਦੇ ਤੁਹਾਨੂੰ ਸਾਰਾ ਕਹਿੰਦੇ ਉਹਦਾ ਯਾਨੀ ਕਿ ਜਿਹੜੀਆਂ ਖੇਡਾਂ ਨੇ ਗੀਆਂ ਹਾਂਜੀ ਕਹਿੰਦੇ ਵੀ ਇਹ ਨੌਕਰੀ ਛੱਡ ਕੇ ਤੁਹਾਨੂੰ ਖੇਡਾਂ ਦਾ ਵੱਡਾ ਪ੍ਰਧਾਨ ਮੰਤਰੀ ਬਣਾ ਦਿੰਦੇ ਆ ਅੱਛਾ ਜੀ ਹਾਂ ਪ੍ਰਧਾਨ ਮੰਤਰੀ ਤਾਂ ਨਹੀਂ ਵੈਸੇ ਮੁੱਖ ਮੰਤਰੀ ਹੁੰਦਾ ਇਹ ਹਾਂਜੀ 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 ਇਹ ਮੈਨੂੰ ਲੱਗਦਾ ਮੁੱਖ ਮੰਤਰੀ ਵੀ ਨਹੀਂ ਇਹ ਮੁੱਖ ਮੰਤਰੀ ਕਿਵੇਂ ਹੁੰਦਾ ਮਾਨ ਸਾਹਿਬ ਉਹ ਫਿਰ ਗੱਲ ਕਰਾਂਗੇ ਜੀ ਕਾਲਾ ਅੰਗੂਰ ਪਾ ਦਿਓ
ਦੇਖੋ ਇਹ ਕੀ ਗੱਲਾਂ ਕਰਨਗੇ ਯਾਰ ਹੈਂ। ਹਾਂ ਇਹ ਤਾਂ ਗੱਲ ਠੀਕ ਆ ਜੀ, ਫਿਰ ਤੋਂ ਚੜ੍ਹਾਈ ਵਧੀਆ ਜੀ, ਫਿਰ ਤਾਂ ਕੀ ਲਹਾਊਗਾ ਹਨਾ ਜੀ ਤੁਹਾਨੂੰ ਪੋਸਟ ਤੋਂ ਕਰ ਲੈਣਗੇ ਜਿੱਥੇ ਫਿਰਦੇ ਨੇ ਇਹਨਾਂ ਨੇ ਪੈਸਾ ਖਰਾਬ ਕਰਨਾ ਕਰ ਲੈਣਗੇ। ਹਾਂ ਅੱਛਾ ਜੀ, ਹਾਂ ਨਾ ਉਹ ਤਾਂ ਤੁਹਾਨੂੰ ਵਧੀਆ ਕਹਿੰਦੇ ਸੀ, ਕਹਿੰਦਾ ਉਹਨੂੰ ਮਾਸਟਰ ਨੂੰ ਆਪਦੀ ਨੌਕਰੀ ਦਾ ਹੰਕਾਰ ਹੋ ਰਿਹਾ ਹੈਗਾ। ਚਲ ਠੀਕ ਹੈ ਕੋਈ ਨਾ, ਇਹਨਾਂ ਮਰੀ ਜਾਂਦੇ ਪਏ। ਮੈਂ ਮਾਨ ਸਾਹਿਬ ਹਜੇ ਨਹੀਂ ਕੌਫੀ ਪੀਣੀ। ਹਾਂ ਅੰਦਰ ਹੀ ਨਾ ਮੈਡਮ, ਨਾ ਨਾ ਮੈਂ ਤਾਂ ਪੈਸੇ ਦੇ ਕੇ ਚਲੇ ਜਾਣਾ। ਹਾਂ ਜੀ ਹਾਂ ਜੀ, ਅੱਛਾ ਸ਼ਗਨ ਦੇਣ ਆਏ ਹੋਏ ਜੀ। ਹਾਂ ਹਾਂ ਬਾਹਲੀ ਹਿੰਟ ਕਰੀ ਜਾਂਦੇ ਨੇ, ਕਹਿੰਦੇ ਅੱਜ ਰਹੀਂ। ਠੀਕ ਹੈ ਜੀ ਠੀਕ ਹੈ, ਚੱਲ ਠੀਕ ਆ ਫਿਰ। ਠੀਕ ਹੈ ਜੀ, ਉਹਨੂੰ ਕਹਿ ਦੀ ਮਾੜਾ ਸੁਨੇਹਾ ਲਾ ਦੀ ਇੱਕ ਵਾਰੀ ਮੈਂ ਆਪਣੀ ਸਿਸਟਰ ਨੂੰ ਮਿਲ ਕੇ ਆਊਂ। ਹਾਂਜੀ ਹਾਂਜੀ ਮਿਲਿਆ ਜੀ, ਉੱਥੇ ਤਾਂ ਇਕੱਲਾ ਗੱਗੀ ਹੈ ਜੀ। ਨਾ ਨਾ ਬਸ, ਹਾਂ ਉੱਥੇ ਤਾਂ ਇਕੱਲਾ ਗੱਗੀ ਹੈ ਜੀ ਆਪਣਾ ਹੋਸਪਿਟਲ 'ਚ। ਹੜਦੀ ਨਹੀਂ ਦੇਖ ਲੈ, ਸੀ ਐਮ ਸਾਹਿਬ ਦੇ ਘਰ ਵਾਲੀ ਨੂੰ ਦੇਖ ਲਾ ਅੰਗੂਰ ਪਾਦਾ ਮੂੰਚਾ। ਅੱਛਾ ਜੀ, ਬਾਲੇ ਮੇਰੇ ਨਾਲ ਤਾਂ ਬਹੁਤ ਪਿਆਰਾ ਹੈ। ਅੱਛਾ ਅੱਛਾ, ਚੰਗਾ ਫਿਰ ਚੰਗਾ। ਓਕੇ ਠੀਕ ਹੈ ਜੀ, ਠੀਕ ਹੈ ਜੀ, ਠੀਕ ਚੰਗਾ ਜੀ ਚੰਗਾ। ਪੁਲਿਸ ਵਾਲੇ ਲੱਗ ਕੇ ਹੋ ਜਾਂਦਾ। ਤੂੰ ਹੀ ਆ ਹੁਣ ਜਿਹੜਾ ਗੱਗੀ ਦਾ ਨੇਮ ਕਢਾ ਸਕਦਾ, ਯੂੰ ਹੀ ਹੈ ਸੱਚਿਆ ਪਾਤਸ਼ਾਹ। ਸਾਰਾ ਕੁਛ ਆ ਤੂੰ ਮੇਰਾ, ਜਾਨ ਮੰਗ ਲੈ ਤੇਰੇ ਅੱਗੇ ਜਾਨ ਵੀ ਦੇ ਦੂੰ ਗੱਗੀ। ਗੁਰਦਾ ਦਿਲ ਪਥਰੀ ਪਿੱਤਾ ਕੰਜ ਤਾਰ ਦੂੰ ਗੱਗੀ ਆਪਦੀ, ਤੂੰ ਬਖਸ਼ ਦੇ ਅੱਜ ਮੈਨੂੰ, ਬਖਸ਼ ਦੇ ਬਖਸ਼ ਦੇ ਬਖਸ਼ ਦੇ ਬਖਸ਼ ਦੇ। ਹਰ ਪਲ ਯਾਦ ਕਰਾਂ ਮੈਂ ਤੈਨੂੰ, ਹੋਰ ਨਾ ਦਿਸੇ ਮੈਨੂੰ। ਸੱਪ ਵੜ ਰਿਹਾ ਮੈਂ ਤੇਰੇ ਖਤਰਾ, ਬਖਸ਼ ਦੇ ਮੇਰਾ ਨਾਉਣ ਆ ਜੇ, ਮੇਰਾ ਨਾਉਣ ਆ ਜੇ ਬਾਬੇ, ਮੇਰਾ ਨੇਮ ਨਾ ਜੀ, ਇਹ ਮੇਰਾ ਨੇਮ ਆ ਗਿਆ। ਗੱਗੀ ਆਪਣੇ ਆਪ ਦਾ ਨਹੀਂ ਰਹਿਣਾ ਹੈਗਾ, ਗੱਗੀ ਦੀ ਦਹਿਸ਼ਤ ਮਿਟਜੂ, ਤੇਰੇ ਸਿਰ 'ਤੇ ਗੱਗੀ ਦੀ ਦਹਿਸ਼ਤ ਹੈ, ਇਹ ਮੇਰੀ ਬਰਾਉਨੀ ਹੋ ਗਈ, ਸੰਸਾਰ ਬੁੱਧਾ ਵੱਧ ਜੂ, ਸਾਰਾ ਕਿਸੇ ਦੇ ਘਰੇ ਚੁੱਲ੍ਹੇ ਨਹੀਂ ਬੱਕਣੇ, ਨੱਕ ਤੋਂ ਮੱਖੀ ਨਹੀਂ ਉੱਡਣੀ ਜਿਵੇਂ ਹੁਣ ਮੈਂ ਤੇਰੇ ਡਾਲ ਨਹੀਂ ਸਕਿਆ ਤੀ, ਨੱਕ ਤੋਂ ਮੱਖੀ ਨਹੀਂ ਉੱਡਣੀ, ਕਿਸੇ ਘਰੇ ਬਾਲਣ ਨਹੀਂ ਬਣਨਾ, ਕਿਸੇ ਘਰੇ ਰੋਟੀ ਨਹੀਂ ਪੱਕਣੀ, ਸਾਰੇ ਕਾਇਨਾਤ ਤੁਸੀਂ ਨੋ ਜੂਗੇ, ਮੇਰਾ ਨੇਮ ਨਾ ਜੇ ਬਸ ਸੱਚੇ ਪਾਤਸ਼ਾਹ। ਤਾਂ ਇਹਦੀ ਬੁੱਧੀ ਭ੍ਰਸ਼ਟ ਕਰਦੇ, ਤਾਂ ਇਹਦੇ ਦਿਮਾਗ 'ਤੇ ਲੋੜ ਪਾ ਦੇ, ਤਰਾਂ ਲਿਓ ਦਵਾਈ ਮੈਂ ਲਵਾ ਲਿਆ ਕਰੂੰਗਾ, ਦੋ ਟਾਈਮ ਜਿਹੜਾ ਕਰੰਟ ਲੱਗਿਆ ਕਰੋ ਉਹ ਵੀ ਮੈਂ ਲਵਾ ਲਿਆ ਕਰੂੰਗਾ, ਤਾਂ ਇਹਦੇ ਉਹਦੀ ਮੈਡੀਸਨ ਚਲਾ ਦੇ, ਪਰਮਾਤਮਾ ਉਹਦੀ ਮੈਡੀਸਨ ਚਲਾ ਦੇ, ਬਸ ਮੇਰਾ ਨੇਮ ਨਾ ਜੇ। ਯੂ ਅੱਗੇ ਅਰਦਾਸ ਕਰਦਾ ਮੈਂ, ਯੂ ਅੱਗੇ ਅਰਦਾਸ। ਮਾਂ ਹਾਂ ਬੰਤੀ ਰੋਟੀ ਆ ਗਿਆ ਸਿਮੂ, ਤੂੰ ਤਾਂ ਰੋਟੀ ਰੋਟੀ ਕਰਦਾ ਫਿਰੀ ਜਾਂਦਾ, ਰੋਟੀ ਬੰਨਦੇ ਰੋਟੀ ਬੰਨਦੇ, ਮੈਨੂੰ ਤਾਂ ਪੁੱਤ ਕੰਮ ਹੋਰ ਹੀ ਬਥੇਰੇ ਨੇ, ਉਹਨਾਂ ਦੀ ਰੋਟੀ ਆਪਾਂ ਨੂੰ ਬੰਨੀ ਹੋਈ ਹੈ। ਦੋ ਰੋਟੀਆਂ ਦੱਪਣ ਨਾਲ ਕੀ ਹੋ ਜੂਗਾ, ਆਪਣੀ ਵੀ ਤਾਂ ਬਣਾਉਣੀ ਆ ਪੁੱਤ, ਤੈਨੂੰ ਪਤਾ ਮੈਂ ਆਪਣੀ ਰੋਟੀਆਂ ਕਿਵੇਂ ਬਣਾਉਣੀਆਂ, ਮੇਰੇ ਤਾਂ ਹੱਡ ਗੋਡੇ ਉਈ ਦੁਖੀ ਜਾਂਦੇ ਨੇ, ਆਪਾਂ ਨੂੰ ਕੀ ਲੈਣਾ, ਕਿਸੇ ਤੋਂ ਪਕਵਾਉਣ ਨਾ ਪਕਵਾਉਣ, ਆਪਣੇ ਕੀ ਕੰਮ ਆਉਂਦੇ ਨੇ ਉਹ। ਚੱਲ ਹੁਣ ਅਗਲੇ ਦੇ ਭੀੜ ਪਈ, ਆਪਾਂ ਨੂੰ ਜਾਣਾ ਚਾਹੀਦਾ ਹੈਗਾ, ਮੈਂ ਰੋਟੀ ਲੈ ਕੇ ਭੀੜ ਮੇਰੇ ਲੱਛੜੀ ਪਈ ਹੈ, ਮੇਰੀ ਗੱਲ ਸੁਣ, ਉਹ ਰੋਟੀਆਂ ਪਹੁੰਚਾਉਣ ਵਾਲੇ ਕੋਈ ਗੱਲਾਂ ਕਰਦੇ ਨੇ, ਆਪ ਤਾਂ ਪਾਣੀ ਦੀ ਬਾਲਟੀ ਸਾਮੀ ਮੋੜਤੀ, ਕੀ ਪਾਣੀ ਦੀ ਜਾਤ, ਪਾਣੀ ਦਾ ਲੋਕ ਪੁੰਨ ਕਰਦੇ ਨੇ, ਉਹ ਤਾਂ ਮਾਤਾ। ਹੁਣ ਤੂੰ ਕਹਿੰਦਾ ਕਹਿੰਦਾ ਮੈਂ ਰੋਟੀ ਪਕਾ ਦੇ, ਹੁਣ ਮੈਂ ਕਿਹੜੇ ਖੂਹ 'ਚ ਡਿੱਗਾ, ਜੇ ਤਾਂ ਤੇਰੀ ਨਹੀਂ ਮੰਨਦੀ ਤਾਂ ਮਰ ਗਈ, ਜੇ ਉਹਨਾਂ ਕਿਨ ਦੇਖਦੀ ਆ ਮੇਰਾ ਜੀ ਨਹੀਂ ਕਰਦਾ ਪਕਾਉਣ। ਉਹ ਤਾਏ ਨੇ ਭੇਜਿਆ ਸੀ ਮੈਨੂੰ, ਮੈਨੂੰ ਕਿਹੜਾ ਮੀਤੀ ਨੇ ਜਵਾਬ, ਤਾਏ ਨਹੀਂ ਬਾਲਟੀ ਵਾਸਤੇ ਪਾਣੀ ਦੇ ਮੋੜਿਆ ਸੀ। ਹਾਂ ਤਾਂ ਮੀਤੀ ਹੁਣ ਥੋੜੀ ਜਵਾਬ ਤਾਂ ਸੀਗਾ, ਮੀਤੀ ਵਾਸਤੇ ਲੈ ਕੇ ਜਾਦਾ ਮੈਂ ਤਾਂ ਉਹਦੇ ਨੂੰ, ਮੀਤੀ ਤੇ ਗੱਗੀ ਵਾਸਤੇ, ਬਸ ਤਾਏ ਵਾਸਤੇ ਥੋੜੀ ਲੈ ਕੇ ਜਾਊਂਗਾ ਮੈਂ। ਮੀਤੀ ਕਿਹੜਾ ਘੱਟ ਹੈ, ਇਹੋ ਜਿਹੀ ਮੀਤੀ ਹੈ, ਇਹੋ ਜਿਹਾ ਗੱਗੀ ਜਾ ਉਹਨਾਂ ਦਾ। ਮੇਰੀ ਗੱਲ ਸੁਣ ਲੈ, ਰੋਟੀ ਮੈਂ ਪਕਾ ਦਿੰਦੀ ਹਾਂ, ਠੀਕ ਹੈ, ਪੀ ਕੇ ਚਾਹ ਸੰਨੀ ਕਰਕੇ ਫਿਰ ਰੋਟੀ ਲੈ ਕੇ ਜਾ। ਸੰਨੀ ਮੈਂ ਆ ਕੇ ਕਰ ਦੂੰਗਾ, ਆ ਕੇ ਉਕੇ ਨਹੀਂ ਸੰਨੀ ਕਰਨੀ ਹੈਗੀ, ਮੇਰਾ ਟਾਈਮ ਨਹੀਂ ਹੈਗਾ, ਠੀਕ ਹੈ ਸੰਨੀ ਕਰਨ ਦਾ, ਸੰਨੀ ਮੈਂ ਕਰ ਦੂੰਗਾ, ਮੈਂ ਤੈਨੂੰ ਕਹੀ ਨਹੀਂ ਰਿਹਾ ਵੀ ਤੂੰ ਕਰ ਦੇ, ਤੈਨੂੰ ਟਾਈਮ ਲੱਗ ਜੂਗਾ ਉੱਥੇ ਗਏ ਨੂੰ। ਲੜਕੀ ਟਾਈਮ ਕਿੰਨਾ ਟਾਈਮ ਹੈ, ਜੜਬੇ ਜਾਵੇਂਗਾ ਆਵੇਂਗਾ,
ਟਾਈਮ ਲੱਗੂਗਾ ਨਹੀਂ ਮੋਟਰਸਾਈਕਲ ਤੇ ਜਾਣਾ ਮੈਨੇ ਸਾਰਾ ਅੱਧਾ ਘੰਟਾ ਮਸਾਂ ਮੋਟਰਸਾਈਕਲ ਤੇ ਮੈਂ ਤੈਨੂੰ ਕਦੋਂ ਕਹਿੰਦੀ ਵੀ ਤੂੰ ਜਹਾਜ਼ ਤੇ ਜਾਵੇਂਗਾ ਮੋਟਰਸਾਈਕਲ ਤੇ ਜਾਵੇਂਗਾ ਫਿਰ ਵੀ ਪੁੱਤ ਟਾਈਮ ਲੱਗੂਗਾ ਸੰਨੀ ਕਰਕੇ ਵਗ ਜੀ ਨਾਲੇ ਤੂੰ ਚਾਹ ਪੀ ਜੀ ਠੀਕ ਹੈ ਨਾਲੇ ਮੇਰੀ ਗੱਲ ਸੁਣ ਇਹਨਾਂ ਦੇ ਮੈਂ ਸੁਣੀ ਹੈ ਗੱਲਾਂ ਕਰਦੀਆਂ ਤੀਆਂ ਬੁੜੀਆਂ ਕਿਤੇ ਮੇਰੀ ਚਾਹ ਬਿਨਾਂ ਨਿਕਲ ਜੇ ਇਹਨਾਂ ਦਾ ਠਾਣੇ ਠੂਣੇ ਜਨਾਉਂ ਟਿਕਣਗੇ ਹੁਣ ਆਹੋ ਤਾਏ ਜਾ ਰਹੇ ਸੀ ਠਾਣੇ ਹਾਂ ਤਾਏ ਦੇ ਵੀ ਲੱਛਣ ਇਹ ਜੇ ਨੇ ਫਿਰਨ ਤੇ ਆਪਾਂ ਨੂੰ ਕੋਲੇ ਮਰਨ ਵੜ ਕੇ ਇਹ ਪਤਾ ਨਹੀਂ ਉਹ ਦਲਬੀਰ ਵਾਸਤੇ ਗਏ ਸੀ ਕਹਿੰਦਾ ਦਲਬੀਰ ਦੇ ਕੇਸ ਪੁਆ ਕੇ ਆਉਣਾ ਹਾਂ ਨਾ ਤਾਂ ਘੱਟ ਦਲਬੀਰ ਹੈ ਨਾ ਘੱਟ ਤਾਇਆ ਉਹ ਜੀ ਮਿੱਟੀ ਤੇ ਉਹ ਗੱਗੀ ਹੈ ਤੇ ਸਾਰੀ ਇੱਕੋ ਜਿਹਾ ਟੋਲਾ ਹੈ ਇਹਨਾਂ ਤੋਂ ਤੈਨੂੰ ਕਹਿੰਦੇ ਦੂਰ ਰਹੀ ਠੀਕ ਹੈ ਮੈਂ ਤਾਂ ਗਵਾਂਢੀ ਦੇ ਆਉਣ ਦੇ ਨਾਤੇ ਦੇਖਿਆ ਆਹੋ ਇਹਨਾਂ ਨੂੰ ਕੀ ਹੁੰਦਾ ਮੈਂ ਇਹਨਾਂ ਨਾਲ ਤਾਂ ਕੋਈ ਗਵਾਂਢ ਬਣਾ ਰੱਖੇ ਨਾ ਇਹ ਹੈ ਨਹੀਂ ਗਵਾਂਢੀ ਹੋਰ ਬਥੇਰੇ ਗਵਾਂਢੀ ਨੇ ਵਰਤਦਾ ਚੱਲ ਮੈਂ ਘਰ ਬਣਿਆ ਹੋਇਆ ਮੈਂ ਤਾਂ ਜਾ ਰਿਹਾ ਮੈਂ ਅੱਗੇ ਕਿੰਨਾ ਕੁ ਜਾਣਾ ਹੁੰਦਾ ਉਹਨਾਂ ਦੇ ਤੂੰ ਘਰ ਦੀ ਪੂਛ ਮਾਰੀ ਜਾ ਉਹ ਤਾਂ ਤੈਨੂੰ ਸਿਆਣਦੇ ਨਹੀਂ ਹੈਗੇ ਚੱਲ ਚੰਗਾ ਹਾਂ ਤੂੰ ਰੋਟੀ ਠੀਕ ਹੈ ਐਂ ਕਰ ਮੈਂ ਰੋਟੀ ਬੰਨਦੀ ਹਾਂ ਸੰਨੀ ਕਰਦੇ ਦੂਰ ਰਹੀ ਇਹਨਾਂ ਤੋਂ ਤਾਂ ਪਤਾ ਨਹੀਂ ਕੀ ਕੁਛ ਹੋ ਕੇ ਨਿਬੜੂਗਾ ਮੈਂ ਤੈਨੂੰ ਇਹੀ ਕਹਿੰਦੀ ਸੀ ਮੈਂ ਕਿਹਾ ਮੈਂ ਆ ਕੇ ਜਾ ਜਾਊਂਗਾ ਆ ਕਰ ਦੂੰ ਸੰਨੀ ਜੀ ਹੁਣ ਤੈਨੂੰ ਕੀ ਹੁੰਦਾ ਐਦੋਂ ਪਹਿਲਾਂ ਰੋਟੀ ਨੂੰ ਕੀ ਹੋਇਆ ਰੋਟੀ ਆਥਣੇ ਖਾਣਗੇ ਉਹ ਦੋ ਵਜੇ ਰੋਟੀ ਖਾਣਗੇ ਹੁਣ ਚੱਲ ਚੰਗਾ ਮੈਂ ਤੈਨੂੰ ਹੈਗਾ ਤੂੰ ਵੀ ਜਾ ਕੇ ਪਤਾ ਮੈਂ ਨਹੀਂ ਜਾਂਦੀ ਜੁੰਦੀ ਹੈਗੀ ਤੂੰ ਵੀ ਉਹਨਾਂ ਦੇ ਉੱਤੇ ਬੜਾ ਵਿੱਚੋਂ ਬੜਾ ਰਹਿਣਾ ਸਾਧਨ ਉਹਨਾਂ ਦੇ ਉੱਤੇ ਚੜਿਆ ਰਹਿਣਾ ਆ ਨਿਕਲੂ ਗਿਆ ਤੂੰ ਤਾਂ ਪਾਈ ਜਾਣਾ ਮੈਨੂੰ ਮੈਂ ਦੱਸ ਤੈਨੂੰ ਕੀ ਕਹਿ ਗਿਆ ਹਾਂ ਤੂੰ ਵੀ ਜਾਏ ਤੂੰ ਮੈਂ ਨਹੀਂ ਜਾਂਦੀ ਹੈਗੀ ਤੂੰ ਹੀ ਬਗ ਜੀ ਚੰਗਾ ਮੈਂ ਸੰਨੀ ਕਰਕੇ ਆਉਣਾ ਤੂੰ ਆਓ ਸੰਨੀ ਕਰ ਮੈਂ ਰੋਟੀ ਬੰਨਦੀ ਆ ਉਹ ਸਾਰੇ ਹੋਏ ਕੰਮ ਵਧਾਉਣ ਨੂੰ ਤਕੜੇ ਹੋ ਜਾਂਦੇ ਨੇ ਮੇਰੇ ਤਾਂ ਆਪਦੀ ਨਿਬੜਦੇ ਬੰਨ ਦੋ ਇਹਨਾਂ ਦੇ ਪਰੌਂਠੇ ਦਿੰਦੇ ਰਹੇ ਉਹ ਨਿਆਮਦਾਰੀ ਆਪ ਤਾਂ ਪਾਣੀ ਦਾ ਘੁੱਟ ਨਹੀਂ ਦਿੰਦੇ ਹੈਗੇ ਸਤਿ ਸ਼੍ਰੀ ਅਕਾਲ ਸਿਸਟਰ ਹੋਰ ਕਿਵੇਂ ਹੋ ਠੀਕ ਹੋ ਹੁਣ ਹਾਂ ਗੱਗੀ ਕਿੱਥੇ ਆ ਉਹ ਤਾਂ ਬਾਹਰ ਨੂੰ ਗਿਆ ਸੀ ਇੱਧਰ ਇਹਨੂੰ ਕੱਲੀ ਨੂੰ ਛੱਡ ਗਿਆ ਹੈ ਇੱਥੇ ਤਾਇਆ ਜੀ ਤਾਇਆ ਤਾਂ ਪਤਾ ਨਹੀਂ ਆਇਆ ਨਹੀਂ ਹੈਗਾ ਉਹ ਤਾਂ ਕੱਲੀ ਪਿਓ ਤੁਸੀਂ ਉਰੇ ਲੈ ਦੇਖ ਲਾ ਹੁਣ ਠੀਕ ਹੋ ਲਾਤੀਆਂ ਬੋਤਲਾਂ ਬੋਤਲਾਂ ਦਾ ਟੀਕਾ ਟੂਕਾ ਲਾਇਆ ਕਿ ਗੋਲੀਆਂ ਦਿੱਤੀਆਂ ਨੇ ਬੋਤਲਾਂ ਲਾਈਆਂ ਸੀ ਕੀ ਪਤਾ ਹੁੰਦਾ ਰੱਬ ਦੇ ਭਾਏ ਨਾਲ ਕੀ ਚੁੱਕੀ ਹੋ ਜੇ ਹੁਣ ਠੀਕ ਹਾਂ ਫਿਰ ਚੱਲਦਿਆਂ ਘਰੇ ਆ ਜਾਓ ਮੈਂ ਨਹੀਂ ਤੇਰੇ ਨਾਲ ਜਾਂਦੀ ਕੀ ਪਤਾ ਕੁਛ ਹੋਰ ਖਵਾ ਦੇ ਮੈਨੂੰ ਮੈਂ ਕੀ ਖਵਾਉਣਾ ਤੈਨੂੰ ਦੀਦੀ ਰਹਿਣ ਦੇ ਤੂੰ ਰਹਿਣ ਦੇ ਸਾਰਾ ਕੁਛ ਪਤਾ ਲੱਗ ਗਿਆ ਮੈਨੂੰ ਕੀ ਲੱਗ ਗਿਆ ਤੂੰ ਹੀ ਦਾਲ 'ਚ ਸਪਰੇਅ ਪਾਈ ਸੀਗੀ ਮੈਨੂੰ ਮੈਂ ਕਿਉਂ ਪਾਊਂਗਾ ਸਪਰੇਅ ਮੈਨੂੰ ਐਂ ਦੱਸ ਮੇਰਾ ਤਾਂ ਇੰਨੀ ਹੱਥ ਹੈਗਾ ਇਹੋ ਜਿਹੇ ਕੰਮਾਂ 'ਚ ਮੈਂ ਕਿਉਂ ਪਾਊਂ ਤੂੰ ਬੈਰ ਨਾ ਮੇਰੀ ਹੋਰ ਦੱਸ ਮੈਨੂੰ ਕੀ ਹੋਇਆ ਸੀ ਗੱਗੀ ਸਾਰਾ ਕੁਛ ਦੱਸ ਗਿਆ ਮੈਨੂੰ ਕੀ ਕੀ ਦੱਸ ਗਿਆ ਤੈਨੂੰ ਗੱਗੀ ਵੀ ਦਲਵੀਰੇ ਨੇ ਸਪਰੇਅ ਪਾਈ ਸੀ ਦਾਲ 'ਚ ਮੈਂ ਕਦੋਂ ਪਾਈ ਹੈਗੀ ਸਿਸਟਰ ਤੂੰ ਹੀ ਮਰੀ ਜਾਂਦੀ ਹੈਗੀ ਮੈਂ ਕੋਈ ਸਪਰੇਅ ਸਪਰੂ ਨਹੀਂ ਪਾਈ ਹੈਗੀ ਉਹ ਤਾਂ ਐਂ ਹੋ ਗਿਆ ਸੀਗਾ ਮੈਂ ਇੱਕ ਦਿਨ ਲੜੀ ਜਾਂਦਾ ਸੀ ਤਾਇਆ ਜੀ ਨਾਲ ਮੈਂ ਕਹਿੰਦਾ ਵੀ ਤੈਨੂੰ ਸਪਰੇਅ ਪਾ ਕੇ ਮਾਰ ਦੂੰ ਮੈਂ ਤਾਂ ਵੈਸੇ ਹੀ ਕਿਹਾ ਹੁਣ ਲੜ ਪੈਂਦੇ ਆ ਘਰੇ ਚੱਲ ਬੱਚਾ ਮੈਂ ਉਹਨਾਂ ਦਾ ਹਾਂ ਫਿਰ ਚੱਲ ਪੀ ਤਾਂ ਮੈਂ ਗਈ ਮਾਰ ਮੇਰੀ ਗੱਲ ਨੂੰ ਫਿਰਦਾ ਸੀ ਤੂੰ ਓਏ ਉਹ ਗੱਗੀ ਸੀਰੀਅਸ ਲੈ ਗਿਆ ਉਹਨੇ ਪਏ ਸਾਰਾ ਹੱਥ ਗੱਗੀ ਦਾ ਹੈਗਾ ਇਹਦੇ ਵਿੱਚ ਇਹਨੂੰ ਕੱਢੋ ਬਾਹਰੇ ਤੁਸੀਂ ਘਰੋਂ ਮੈਨੂੰ ਨਹੀਂ ਪਤਾ ਹੈਗਾ ਕੋਈ ਨਾ ਹੁਣ ਤਾਇਆ ਠਾਣੇ ਗਿਆ ਹੋਇਆ ਹੈਗਾ ਤੈਨੂੰ ਮਰਵਾਊਗਾ ਉਹ ਹੁਣ ਦੇਖੀ ਤੂੰ ਕੀ ਕਹਿੰਦੀ ਤੈਨੂੰ ਪੁਲਿਸ ਚੱਕ ਕੇ ਲਿਜਾਊਗੀ ਹੁਣ ਤਾਇਆ ਗਿਆ ਹੋਇਆ ਠਾਣੇ ਕਹਿੰਦਾ ਉਹਨੂੰ ਛੱਡਦਾ ਨਹੀਂ ਹੁਣ ਮੈਂ ਮੇਰੀ ਗੱਲ ਸੁਣਦਾ ਦੀਦੀ ਮੈਨੂੰ ਵਿਚਾਰਾ ਮੈਂ ਤਾਇਆ ਜੀ ਨੂੰ ਕੁਛ ਕਹੋ ਮੈਂ ਕੁਛ ਨਹੀਂ ਕਿਹਾ ਮੇਰਾ ਕੋਈ ਹੱਥ ਨਹੀਂ ਹੈਗਾ ਇਹ ਕੰਮ ਦੇ ਵਿੱਚ ਮੈਂ ਤਾਂ ਉਹੀ ਵਿਚਾਰਾ ਗਰੀਬ ਅਫਸਰ ਰਗੜਿਆ ਗਿਆ ਵਿਚਾਰੇ ਨਾ ਹੁਣ ਤੂੰ ਕਿੱਥੇ ਗਿਆ ਹੋਇਆ ਸੀ ਸਵੇਰ ਦਾ ਆਇਆ ਨਹੀਂ ਹਾਂ ਮੈਂ ਅਸੀਂ ਤਾਂ ਉੱਥੇ ਇੱਕ ਮੈਡਮ ਡੀਓ ਬਣੀਆਂਗੇ ਅਸੀਂ ਤਾਂ ਉਹਦੀ ਪਾਰਟੀ ਤੇ ਗਏ ਸੀਗੇ ਤੇ ਮੈਨੂੰ ਪਤਾ ਲੱਗਿਆ ਵੀ ਐਵੇਂ ਕਰਕੇ ਮੈਂ ਆ ਗਿਆ ਦੀਦੀ ਮੈਂ ਬਹੁਤ ਪਿਆਰ ਕਰਦਾ ਦੀਦੀ ਤੈਨੂੰ ਤੂੰ ਐਂ ਗਰਮ ਨਾਲ ਚੱਲ ਘਰੇ ਚੱਲ ਮੈਂ ਨਹੀਂ ਜਾਂਦੀ ਹੈਗੀ ਘਰੇ ਫਿਰ ਗੱਗੀ ਨੇ ਐਂ ਕਿਉਂ ਕਿਹਾ ਵੀ ਤੂੰ ਪਾਈ ਇਸ ਪਰ ਉਹ ਤਾਂ ਮੈਂਟਲ ਹੈਗਾ ਗੱਗੀ ਉਹ ਤਾਂ ਬਹੁਤ ਕੁਛ ਕਹੂਗਾ ਉਹ ਤਾਂ ਕੱਲ ਨੂੰ ਕਹੂਗਾ ਵੀ ਮੈਂ ਇਰਾਨ ਤੇ ਮੈਂ ਹਮਲਾ ਕੀਤਾ ਪਾਕਿਸਤਾਨ ਤੇ ਮੈਂ ਹਮਲਾ ਕੀਤਾ ਉਹ ਤਾਂ ਵੱਡੀਆਂ ਵੱਡੀਆਂ ਤਾਂ ਗੱਲਾਂ ਮਾਰਦਾ ਸੱਚੀ ਨਹੀਂ ਤੂੰ ਪਾਈ ਹੈਗੀ ਮੈਂ ਕਿਉਂ ਪਾਊਂ ਤੂੰ ਤਾਂ ਮੇਰੇ ਹੱਥਾਂ 'ਚ ਖੇਡੀਆਂਗੀ ਮੈਂ ਤੈਨੂੰ ਮੈਂ ਕਿਉਂ ਮਾਰੂੰ ਤੈਨੂੰ ਐਂ ਦੱਸ ਫਿਰ ਤੂੰ ਐਂ ਕਰ ਬਗ ਜਾ ਨਹੀਂ ਤਾਇਆ ਤੈਨੂੰ ਛੱਡਦਾ ਨਹੀਂ ਹੈਗਾ ਹੁਣ ਪੁਲਿਸ ਆਉਣ ਵਾਲੀ ਆ ਪਰ ਤੂੰ ਮੇਰਾ ਕੋਈ ਨਾਂ ਨਾ ਲਈ ਵੀ ਐਂ ਕਰਕੇ ਸਾਰਾ ਕੁਛ ਉਹਨੇ ਕੀਤਾ ਹੈਗਾ ਮੈਂ ਕੁਛ ਨਹੀਂ ਕੀਤਾ ਮੇਰੀ ਨੌਕਰੀ ਵਗ ਜੂ ਭੈਣੇ ਚੱਲ ਚੰਗਾ ਮੈਂ ਤੇਰਾ ਨਾਂ ਨਹੀਂ ਲੈਂਦੀ ਤੂੰ ਭੱਜ ਜਾ ਨਹੀਂ ਤੈਨੂੰ ਛੱਡਦੇ ਨਹੀਂ ਹੈਗੇ ਮਾਰ ਦੇਣਗੇ ਹੋਰ ਮੈਂ ਤਾਂ ਰਾਤਾਂ ਨੂੰ ਪੜਦਾ ਰਿਹਾ ਭੈਣੇ ਮੇਰੀ ਤਾਂ ਤਾਏ ਨੂੰ ਵੀ ਨਾ ਪਤਾ ਲੱਗਣ ਦੀ ਤੂੰ ਨਾ ਨਾ ਮੈਂ ਤਾਂ ਕੁਛ ਨਹੀਂ ਮੈਂ ਬਣ ਜਾਂਦਾ ਮੈਂ ਕਮੂਰ ਘੱਟ ਜਾਂਦਾ ਰਿਸ਼ਤੇਦਾਰੀ 'ਚ ਤਾਂ ਇੰਨਾ ਦਿਨ ਮੈਂ ਲੀਵ ਪਾ ਦੂੰਗਾ ਸਕੂਲ 'ਚ ਅਤੇ ਮੈਂ ਜਾਂਦਾ ਜਦੋਂ ਠੀਕ ਹੋ ਗਈ ਮੈਨੂੰ ਕਰਦੀ ਫੋਨ ਮੇਰੀ ਗੱਲ ਸੁਣ ਇੱਧਰ ਦੀ ਪਿੱਛੋਂ ਹੀ ਲੰਘ ਜਾ ਤਾਇਆ ਆਉਣ ਵਾਲਾ ਹੀ ਆ ਕੋਈ ਗੱਲ ਨਹੀਂ ਤੈਨੂੰ ਮੈਂ ਨੰਬਰ ਦੇ ਜਾਂਦਾ ਇੱਥੇ ਫਰੂਟ ਵਾਲੀ ਦੁਕਾਨ ਹੈ ਅਤੇ ਉਹਨੂੰ QR ਕੋਡ ਕਰ ਦਿਆ ਕਰੀ ਅਤੇ ਫਰੂਟ ਘਰੇ ਭੇਜ ਦਿਆ ਕਰੂ ਵਧੀਆ ਖਾ ਪੀ ਲੈ ਠੀਕ ਹੈ ਮੈਂ ਚੱਲਿਆ ਭੈਣੇ ਤੂੰ ਨਰਕਾਂ ਗਿਆ ਲੱਸੀ ਜਿਹੜਾ ਓਏ ਕਿੱਧਰ ਆ ਗੱਗੀ ਕਿਵੇਂ ਵਧੀਆ ਨਾਈਸ ਵੀਰੇ ਮਿੱਤੀ ਕਿਵੇਂ ਹੁਣ ਮਿੱਤੇ ਠੀਕ ਆ ਮਿਲਾ ਦਾ ਮੈਂ ਬੜਾ ਗਿਆ ਹੋਇਆ ਦੀ ਕਿਤੇ ਤੂੰ ਕਿੱਥੇ ਗਿਆ ਸੀ ਤੂੰ ਕਿਹਾ ਤਾਂ ਤਾਂ ਇਹਨੇ ਵੀ ਉਹਦੇ ਕੋਲ ਬਜਾ ਆਪਾਂ ਸੁਕਰਾਨਾ ਕਰਨ ਗਏ ਸੀਗੇ ਕਿਹਦਾ
ਪਰਮਾਤਮਾ ਦਾ ਵੀਰੇ ਕਿਵੇਂ ਬਸ ਵਾ ਜਦੋਂ ਭੀੜ ਪੈਂਦੀ ਹੁੰਦੀ ਆ ਜਦੋਂ ਕੌਮ ਤੇ ਭੀੜਾਂ ਪੈਂਦੀਆਂ ਨੇ ਉਹ ਸ਼ੁਕਰਾਨਾ ਨਹੀਂ ਕਰਦੇ ਹੁੰਦੇ ਮੈਂ ਉਹ ਕਰਕੇ ਆਇਆ ਉਹ ਤਾਂ ਅਰਦਾਸ ਕਰਦੇ ਹੁੰਦੇ ਹੈਂ ਅਰਦਾਸ ਕਰਦੇ ਨੇਗੇ ਅਰਦਾਸ ਵੀ ਕਰਦਾ ਮੈਂ ਪਰ ਮੈਂ ਪਹਿਲਾਂ ਸ਼ੁਕਰਾਨਾ ਕਰਦਾ ਪੁੱਛ ਕਿਉਂ ਕਿਉਂ ਮੈਂ ਦੁਨੀਆਂ ਦੀ ਓਪੋਜਿਟ ਚੱਲਦਾ ਤੂੰ ਉਹਦੇ ਕੋਲ ਬਹਿਆ ਬਈ ਉਹ ਬਿਮਾਰ ਆ ਵਿਚਾਰੀ ਉਹਦੇ ਕੋਲ ਤਾਂ ਜਾ ਕੇ ਆਇਆ ਮੈਂ ਵੈਸੇ ਸੱਚ ਕਿਹਾ ਪ੍ਰੋਫਿਟ ਡਾਇਮੰਡ ਨੇ ਕੀ ਨੇ ਪ੍ਰੋਫਿਟ ਡਾਇਮੰਡ ਲਾਭ ਹੀਰਾ ਮਾੜੀ ਹਾਲਤ ਕੁਛ ਨੀ ਬਾਬੇ ਤੈਨੂੰ ਮੈਂ ਦੱਸਦਾ ਕਰਾਂ ਮੇਰਾ ਮੁਕਾਬਲਾ ਹੋ ਗਿਆ ਉਧਰ ਮੈਂ ਗਿਆ ਹੋਈ ਸਾਇਪ੍ਰਸਤ ਗਣੀ ਟਰਾਲਾ ਚਲਾਉਂਦਾ ਉਹਨਾਂ ਦੀ ਮਦੋਂ ਤੂੰ ਹਾਂ ਤੂੜੀ ਦਾ ਸੀਜ਼ਨ ਲਾ ਕੇ ਆਏ ਤੇ ਉਧਰ ਸਾਇਪ੍ਰਸਤ ਗਣੀ ਮੁੰਡਾ ਮੇਰੇ ਨਾਲ ਤਿੰਨ ਪੰਜ ਜੀ ਕਰੀ ਜਾਵੇ ਉਹਦੇ ਪੱਠ ਤੇ ਹੱਥ ਜੋੜ ਕੇ ਮਾਰੀ ਤੰਗਲੀ ਤੂੰ ਲਾ ਲਾ ਇੱਕ ਤਾਂ ਸਰਾਕ ਉਹਦੀ ਪੱਠ ਚ ਪਹਿਲਾਂ ਤੀ ਚਾਰ ਹੋਰ ਕੱਢਤੇ ਪੱਠ ਦੀ ਭਾਵੇਂ ਤਾਂ ਬਾਂਸਰੀ ਬੁਲਾ ਦੀ ਮੈਂ ਲਾ ਦੇਖ ਲਾ ਤੂੰ ਹਿਸਾਬ ਹੈ ਬਾਂਸਰੀ ਬਣ ਗਈ ਪੱਠ ਦੀ ਉੱਥੇ ਬਹਿ ਜਾਂਦਾ ਯਾਰ ਤੂੰ ਉੱਥੇ ਤਾਂ ਮੈਂ ਬਹਿ ਕੇ ਆਇਆ ਉਹ ਤਾਂ ਕਹਿੰਦੀ ਵਗ ਜਾ ਕਹਿੰਦੀ ਠੀਕ ਆ ਮੈਂ ਕਿਹਾ ਠੀਕ ਆ ਓਕੇ ਫਿਰ ਮੈਂ ਕਿਹਾ ਚੱਲ ਯਾਰ ਪਰਮਾਤਮਾ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਵੀ ਚੱਲ ਸਾਡੇ ਆਹ ਦਿਨ ਲਿਆ ਤੇ ਪਰ ਮੈਂ ਸ਼ੁਕਰਾਨਾ ਕਰਿਆ ਆ ਪਤਾ ਤਾਇਆ ਕਿੱਥੇ ਗਿਆ ਤਾਇਆ ਤਾਂ ਮੈਨੂੰ ਐਂ ਲੱਗਦਾ ਵੀ ਉੱਥੇ ਗਿਆ ਹੋਇਆਗਾ ਉਹ ਥਾਣੇ ਗਿਆ ਹੋਇਆ ਤਾਇਆ ਗੱਲ ਪਤਾ ਨੀ ਉਹ ਮਾਸਟਰ ਆ ਯਾਰ ਜਿਹੜਾ ਆਪਣੇ ਵਾਲਾ ਮਾਰ ਦੇ ਸਪਰੇ ਆਪਾਂ ਕਿਉਂ ਕਹਾ ਵੀ ਪਾ ਦੀਏ ਆਪਾਂ ਕਿਉਂ ਕਹੀਏ ਅੱਗੇ ਜਾਊਗੀ ਜਦੋਂ ਹੁਣ ਮਿੱਤੀ ਭੈਣ ਠੀਕ ਹੋ ਕੇ ਵਧੀਆ ਘਰ ਫਸਾਲੂਗੀ ਉਹ ਐ ਕਹਿਆ ਮੈਂ ਤਾਂ ਤੈਨੂੰ ਸਪਰੇ ਸੁਣ ਗਿਆ ਸੀ ਉਹਦਾ ਮੂੰਹ ਚ ਨਿਕਲ ਗਿਆ ਨੀ ਮੇਰੇ ਗੰਗਾ ਕੇ ਫੁੱਲ ਨੀ ਮੁੜਦੇ ਹੁੰਦੇ ਕਦੇ ਚਲੋ ਜੀ ਇੱਥੋਂ ਲੱਗ ਜਾਓ ਹੈ ਨਾ ਹਾਂ ਠੀਕ ਹੈ ਇਹ ਦੇਖ ਤੂੰ ਭਗਵਾਨ ਸਿੰਘ ਹਾਂਜੀ ਸਨ ਆਫ ਨੇਕ ਸਿੰਘ ਇਹਦੀ ਕੱਟੀ ਹੋਈ ਹੈ ਹਾਂ ਕੱਟੀ ਹੋਈ ਹੈ ਅੱਛਾ ਜੀ ਅੱਗੇ ਦੇਖ ਫੂਲਣ ਦੇਵੀ ਲਾਲ ਚੰਦ ਸਰਪੰਚ ਸਾਹਿਬ ਲਾਲ ਚੰਦ ਉਹ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਹੋ ਠੀਕ ਹੋ ਹਾਂ ਠੀਕ ਹੈ ਠੀਕ ਹੈ ਠੀਕ ਹੈ ਸਰਪੰਚ ਸਾਹਿਬ ਤੁਸੀਂ ਠੀਕ ਹੋ ਠੀਕ ਹੈ ਠੀਕ ਹੈ ਭਾਈ ਮੇਰਾ ਤਾਂ ਕਿੱਥੇ ਆ ਕਰਨੈਲ ਪਿਕਚਰ ਕਰਦਾ ਮੇਰੀ ਨਾ ਕੱਟਦੀ ਕਿਤੇ ਦੇਖ ਮੜਾ ਜਾ ਮਾਰਨੇਗਾ ਇਹ ਤਾਂ ਚੱਲਦੀ ਹੈ ਮੈਂ ਦੇਖਿਆ ਕੱਲ ਵੀ ਦੇਖੀ ਸੀ ਆਤੀ ਮੁਖਤਿਆਰ ਸਿੰਘ ਚੱਲੀ ਜਾਂਦੀ ਹੈ ਜੀ ਠੀਕ ਹੈ ਤੇਰੀ ਕੱਟੀ ਵੱਧਦੀ ਨਹੀਂ ਕਿਸੇ ਤਰੀਕੇ ਨਾਲ ਹੈ ਸਰਪੰਚ ਨਹੀਂ ਮਹਾ ਜੀ ਵਧਾਈਏ ਕਿਸੇ ਤਰੀਕੇ ਨਾਲ ਇਹ ਵੱਧਦੀ ਨਹੀਂ ਬਾਜੂ ਬਾਜੂ ਆਹ ਵਧਾ ਦੇ ਹੋਰ ਮੈਂ ਬਖਾਸੇ ਥੋੜੇ ਜਿਹਾ ਆਉਂਦੇ ਨੇ ਵਧਾ ਦਾਂਗੇ 5000 ਕਰਵਾ ਦਾਂਗੇ ਕਹਿ ਕੇ ਸਰਕਾਰ ਨੂੰ ਹੁਣ ਦਿੱਤਾ ਹਾਂ ਦਿੱਤਾ ਬਾਜੀ ਸਾਨੂੰ ਆਖੀ ਬਾਤ ਹੋਰ
ਆਪਣਾ ਜਿਹੜਾ ਭਾਈ ਦਲਵੀਰਾ ਦਲਵੀਰੇ ਤੇ ਰਾਧਾ ਕਤਲ ਦਾ ਕੇਸ ਪਵਾਉਣਾ ਆਪਾਂ। ਹਾਂ ਰਾਜ ਮੇਰੇ ਨਾਲ ਵਧੀਕੀ ਕਰਦਾ ਉਹ ਭੈਣਾ ਬਾਹਲਾ ਦੁਖੀ ਆ ਤੂੰ ਭਾਈ ਮੈਨੂੰ ਸਾਲਾ ਮਾਰਨ ਨੂੰ ਫਿਰਦਾ। ਅੱਛਾ ਤੂੰ ਆ ਤੂੰ ਦੇਖ ਰਾਜ ਤੇਰੇ ਸਾਹਮਣੇ ਨਿਆਣਾ ਜਿਹਾ ਹੁੰਦਾ ਸੀ ਜਦੋਂ ਦਾ ਮੈਂ ਉਹਨੂੰ ਪਾਲਿਆ ਪਾਲ ਪੋਸ ਕੇ ਵੱਡਾ ਕਰਿਆ ਨੌਕਰੀ ਤੇ ਲਵਾਤਾ ਵਿਆਹ ਤਾ ਹੈ ਸਾਰਾ ਹੁਣ ਲਾ ਦੇਣੀ ਨਾ ਦੇਣੀ ਪਰਮਾਤਮਾ ਦੇ ਹੱਥ ਪਰਮਾਤਮਾ ਮੈਨੂੰ ਮਾਰਨ ਨੂੰ ਫਿਰਦਾ ਮੇਰੇ ਸਾਲ ਨੇ ਦਾਲ ਚ ਸਪਰੇ ਪਾਤੀ ਮੇਰੇ ਵਾਸਤੇ। ਅੱਛਾ ਖਾ ਲਈ ਦੀ ਤਾਂ ਮੈਂ ਕਾਹਨੂੰ ਖਾਧੀ ਇਹ ਤਾਂ ਪਰਮਾਤਮਾ ਨੇ ਰੱਖ ਲਿਆ ਮੇਰੇ ਵਾਲੀ ਮੇਰੀ ਭਾਣ ਜੀ ਤੇ ਆ ਲੱਗੀ ਮੈਂ ਤਾਂ ਕਿਤੇ ਬਾਗਿਆ ਬਾਹਰ ਕੰਮ ਭਾਈ ਹੈ ਮੈਂ ਲੈ ਕੇ ਆਈ ਸਪਰੇ ਉਹਦੇ ਬਾਅਦ ਤੇ ਮਾਰਨ ਨੂੰ ਲੂਸਣ ਦੇ ਮੈਂ ਸੁੰਡੀ ਜੀ ਪੈ ਰਹੀ ਮੇਰੇ ਸਾਲ ਨੇ ਦਾਲ ਚ ਪਾਤੀ। ਅੱਛਾ ਉਹ ਤਾਂ ਮੈਂ ਕਿਤੇ ਬਾਗਿਆ ਬਾਹਰ ਕੰਮ ਆਪਣੀ ਕੁੜੀ ਆਈ ਭਾਣ ਜੀ ਆ ਰਹੀ ਹੈ ਗੁੱਡੀ ਦੀ ਛੋਟੀ ਦੀ ਕੁੜੀ ਆ ਰਹੀ ਹੈ ਉਹਨੂੰ ਕਿਤੇ ਵਿਚਾਰੀ ਨੂੰ ਭੁੱਖ ਲੱਗ ਰਹੀ ਸੀ। ਅੱਛਾ ਹੁਣ ਇਹ ਤਾਂ ਕਿਤੇ ਆ ਕੇ ਭਾਈ ਰੋਟੀ ਖਾ ਲਈ ਦਾਲ ਨਾਲ ਹੁਣ ਕਿਵੇਂ ਕੁੜੀ ਕੁੜੀ ਤਾਂ ਠੀਕ ਆ ਕੁੜੀ ਠੀਕ ਆ ਰੱਖ ਲਈ ਰੱਬ ਨੇ ਰੱਖ ਲਈ ਚਲੋ ਕੁੜੀ ਠੀਕ ਆ ਤੇ ਮੈਂ ਭਾਈ ਹੁਣ ਤੁਹਾਡੇ ਲਵੇ ਐ ਆਇਆ ਕੱਲ ਘਲਾ ਨੂੰ ਪੁਲਿਸ ਆਊਗੀ ਮੈਂ ਕਰਾਇਆ ਪੁਲਿਸ ਚ ਤਲਾ। ਅੱਛਾ ਠੀਕ ਹੈ ਤੁਸੀਂ ਉਹ ਪੰਚਾਇਤ ਮੈਂਬਰ ਆ ਸਰਪੰਚ ਸਾਹਿਬ ਹੋ ਤੁਸੀਂ ਉਹ ਮੈਂਬਰ ਸਾਹਿਬ ਠੀਕ ਹੈ ਮੇਰਾ ਹੱਕ ਬਣਦਾ ਪੰਚਾਇਤ ਨੂੰ ਤਲਾਹ ਕਰਨ ਦਾ ਭਾਈ ਕੱਲ ਘਲਾ ਨੂੰ ਪੁਲਿਸ ਆਊਗੀ ਮੇਰੇ ਹੱਕ ਚ ਖੜਨਾ। ਅੱਛਾ ਤੁਹਾਨੂੰ ਪਤਾ ਮੁਖਤਿਆਰਾ ਕਿਵੇਂ ਦਾ ਬੰਦਾ ਮੈਂ ਤਾਂ ਮੇਰੇ ਸਾਲੇ ਨੂੰ ਦਰਖਾਸਤ ਕਰਾਊਂਗਾ ਖੂਨ ਮੇਰੀ ਗੱਲ ਸੁਣੋ ਠੀਕ ਆ ਖੂਨ ਤੱਤਾ ਦੀ ਮੈਂ ਕਰਤੀਆਂ ਗਲਤੀਆਂ ਜਵਾਨੀ ਪੈਰ ਚ ਕੋਈ ਨਾ ਘਰ ਵਾਲੀ ਭਜਾ ਦੀ ਕੁੱਟ ਕੱਟ ਕੇ ਠੀਕ ਆ ਉਹ ਬੰਦਾ ਤਾਂ ਨੀ ਮਾਰਿਆ ਯਾਰ ਕੋਈ ਜੇ ਹੁਣ ਅਸੀਂ ਕਹਿੰਦੇ ਆਗੇ ਦੇਖ ਨਾ ਤਾਂ ਅਸੀਂ ਕੋਲੇ ਤੇ ਰਿਸ਼ਤੇਦਾਰਾਂ ਨੂੰ ਬੁਲਾ ਬਾਕੀ ਪਿੰਡ ਦੇ ਪੰਜ ਚਾਰ ਬੰਦੇ ਬੁਲਾ ਹੋਰ ਤੂੰ ਕਰ ਇਕੱਠ ਸਾਨੂੰ ਬੁਲਾਈ ਮੈਨੂੰ ਫੋਨ ਕਰ ਦੀ ਮੈਂ ਇਹਨੂੰ ਲਿਆਊਂਗਾ ਅਸੀਂ ਆ ਜਾਂਗੇ ਅਸੀਂ ਤਾਂ ਆ ਜਾਂਗੇ ਤੋ ਸਾਨੂੰ ਮੇਰੀ ਗੱਲ ਦਾ ਸਾਨੂੰ ਵਿਸ਼ਵਾਸ ਹੀ ਨੀ ਹੈਗਾ ਤੇਰੀਆਂ ਸੁਣ ਲੀਆਂ ਤੇਰੀਆਂ ਸਹੀ ਨੇ ਸਾਰੀਆਂ ਵੀ ਆਪਾਂ ਪਤਾ ਲੱਗੇ ਨਾ ਵੀ ਕੀ ਕਹਿਣਗੇ ਚੱਲ ਠੀਕ ਆ ਭਾਈ ਹੁਣ ਚੱਲਣਾ ਪਊ ਪੰਚਾਇਤ ਦੇ ਹਿਸਾਬ ਨਾਲ ਚੱਲਣਾ ਮੈਂ ਤਾਂ ਇਹ ਕਹਿੰਦਾ ਸਰਪੰਚ ਸਾਹਿਬ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਤੁਸੀਂ ਨਾ ਮੈਨੂੰ ਆਪਦੇ ਸਰਕਾਰੀ ਹੁੰਦਾ ਜਿਹੜਾ ਪੇਜ ਆ ਉਹ ਤੇ ਬਿਆਨ ਲਿਖ ਕੇ ਦੇ ਦਿਓ ਤੇ ਮੋਹਰ ਲਾ ਕੇ ਦੇ ਦਿਓ ਮੈਂ ਪੁਲਿਸ ਨੂੰ ਦਿਖਾਉਂਦਾ ਹੋ ਜਾਊ ਭਾਈ ਨਹੀਂ ਮੇਰਾ ਕੇਸ ਚੱਲੂ ਲੰਬਾ ਜੇ ਅਸੀਂ ਲਿਖ ਕੇ ਦੇਤਾ ਫਿਰ ਤਾਂ ਉਹ ਦੋਸ਼ੀ ਹੋ ਗਿਆ ਜੇ ਪੰਚਾਇਤ ਲਿਖ ਕੇ ਦੇ ਦੇ ਅਸੀਂ ਲਿਖ ਕੇ ਦੇਤਾ ਵੀ ਹਾਂ ਉਹਨੇ ਇਹ ਕੰਮ ਕਰਿਆ ਫਿਰ ਤਾਂ ਅਸੀਂ ਨਾਲੇ ਤਾਂ ਅਸੀਂ ਗਵਾਹ ਹੋ ਗਏ ਨੰਬਰ ਇੱਕ ਤਾਂ ਗਵਾਹੀ ਤਾਂ ਭਰਾਉਣੀ ਆ ਮੈਂ ਗਵਾਹੀ ਆਏ ਅਸੀਂ ਕਿਵੇਂ ਭਰ ਦਾਂਗੇ ਗਵਾਹੀ ਬਾਈ ਬਾਕੀ ਹੋਰ ਹੈ ਨਾ ਟ੍ਰਾਂਸਕ੍ਰਿਪਟ ਤਾਂ ਲੱਗਿਆ ਹੋਇਆ ਹੈਗਾ ਟ੍ਰਾਂਸਕ੍ਰਿਪਟ ਲੱਗਿਆ ਹੋਇਆ ਹੁਣ ਤਾਂ ਸਾਡੀ ਪਾਵਰ ਹੀ ਨਹੀਂ ਹੈਗੀ ਪਾਵਰ ਨਹੀਂ ਆਦਰ ਅਸੀਂ ਤਾਂ ਵੀ ਅਸੀਂ ਨੂੰ ਮੋਹਰ ਲਾ ਕੇ ਕਾਰਵਾਈ ਵੀ ਰਜਿਸਟਰ ਤੇ ਲਿਖ ਕੇ ਦੇ ਦਈਏ ਪਤਾ ਹੈ ਵੀ ਤੇਰੇ ਨਾਲ ਆਪਸ ਵਾਰੀ ਕਰਕੇ ਤੇ ਪਿੰਡ ਦੇ ਬੰਦੇ ਕਰਕੇ ਹਨਾ ਜਿਹੜੀ ਗੱਲ ਹੈ ਚਲ ਠੀਕ ਹੈ ਫਿਰ ਸਰਪੰਚ ਆ ਮੇਰੀ ਸੁਣ ਗੱਲ ਮੈਂ ਬੁਲਾਉਣਾ ਮੇਰੀ ਭੈਣ ਨੂੰ ਠੀਕ ਆ ਨਾ ਹੋਰ ਰਿਸ਼ਤੇਦਾਰਾਂ ਨਾਲ ਨੀ ਬਣਦੀ ਮੇਰੀ ਭੋਰਾ ਵੀ ਪਤਾ ਅਸੀਂ ਮਹਾਂ ਚੱਲ ਉਹਨੂੰ ਕਾਨੂੰ ਦੱਸਣਾ ਚਾਰ ਕਰਦਾ ਪਿੰਡ ਚੋਂ ਬੰਦੇ ਇਕੱਠੇ ਠੀਕ ਆ ਭਾਈ ਤੁਹਾਨੂੰ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੂ ਉਹ ਪੁੱਛ ਲਾਂਗੇ ਉਹਨੂੰ ਕੋਈ ਗੱਲ ਨਹੀਂ ਮੇਰੇ ਕੋਲ ਗਵਾਹ ਵੀ ਰੇ ਕੁੜੀ ਤੋਂ ਕਹਾ ਦੂ ਹਾਂ ਠੀਕ ਹੈ ਦਲਵੀਰੇ ਦੇ ਸਾਲੇ ਤੋਂ ਕਹਾ ਦੂ ਅੱਛਾ ਉਹ ਹੋਰ ਦੱਸ ਸਾਲਾ ਕਹਿੰਦਾ ਸਾਲਾ ਗਵਾਹ ਮੌਕੇ ਦਾ ਗਵਾਹ ਸਾਲੇ ਨੂੰ ਸਾਰਾ ਪਤਾ ਅੱਛਾ ਹੈ
ਉਹਦੇ ਸਾਲੇ ਤੋਂ ਕਹਾਂ ਮੇਰੀ ਭਾਣਜੀ ਤੋਂ ਕਹਾਂ ਬਈ ਠੀਕ ਹੈ ਠੀਕ ਹੈ ਫੇਰ ਤਾਂ ਮੰਨੋਗੇ ਮੇਰੀ ਗੱਲ ਮੰਨਾਂਗੇ ਮੰਨਾਂਗੇ ਫੇਰ ਤਾਂ ਮੰਨਾਂਗੀ ਜਦੋਂ ਤਾਂ ਦੋ ਜਣਿਆਂ ਤੋਂ ਕਹਾਤਾ ਆਹੋ ਹਾਂ ਠੀਕ ਆ ਬਈ ਹਾਂ ਤੂੰ ਕਰ ਠੀਕ ਹੈ ਮਖਤਰ ਆਹ ਫਿਰ ਚੱਲਾਂਗੇ ਕਰਕੇ ਆਹ ਦੇਖ ਤੂੰ ਬਲਵਿੰਦਰ ਸਿੰਘ ਜੰਗ ਸਿੰਘ ਦਲਵੀਰੇ ਖਿਲਾਫ ਲਿਖਾਈ ਆ ਮਿੱਟੀ ਦਾ ਮਾਮਾ ਲੱਗੀ ਆ ਪਰਿਵਾਰ ਦਾ ਠੀਕ ਆ ਇਹਦੀ ਭੈਣ ਦਾ ਸ਼ਕਰ ਪਾਰਾ ਕੋਈ ਚੱਕਰ ਨੀ ਹੋਣਾ ਚੱਲ ਬਚ ਗਈ ਪਤਲੀ ਕਰਾਉਣੀ ਆ ਯਾਰ ਇਹਨੂੰ ਪਤਾ ਐਕਸਰਸਾਈਜ਼ ਕਰਾਇਆ ਕਰੀ ਇਹਨੂੰ ਪਰਿਵਾਰ ਨੂੰ ਮਿਲ ਰਿਹਾ ਐਡਾ ਪਰਿਵਾਰ ਮੇਰਾ ਜ਼ਿਆਦਾ ਔਖਾ ਕਰਦਾ ਫਿਰ ਮੈਨੂੰ ਇੰਨੇ ਪਰਿਵਾਰ ਦੇ ਨਾਲ ਬਾਬੇ ਪੋਸਾ ਪੀ ਪੀ ਬਾਬੇ ਜੁੜਦਾ ਕੀ ਆ ਦੱਸਿਆਗਾ ਕੋਈ ਨਾ ਜਦੋਂ ਪੁਲਿਸ ਬਾਕੀ ਨਾ ਤੇਰੇ ਤਾਂ ਲੈਗ ਤੋੜੂੰਗਾ ਮੈਂ ਤਾਇਆ ਚੰਗੀ ਨਹੀਂ ਕੀਤੀ ਪਰਮਾਤਮਾ ਤੂੰ ਵੀ ਯਾਰ ਕੀ ਕਰਕੇ ਯਾਰ ਬਟ ਟੌਂਤ ਕਰਦੇ ਕਰਦੇ ਨੇ ਯਾਰ ਗੋਡੇ ਛਲੈ ਲਏ ਭੈਣ ਦੀ ਆਲੂ ਵਾਂਗੂ ਛਲੈ ਗਿਆ ਪਟੈਟੋ ਵਾਂਗੂ ਯਾਰ ਪਰਮਾਤਮਾ ਤੂੰ ਪਰਮਾਤਮਾ ਦੇਖ ਲੈ ਯਾਰ ਤੂੰ ਕਹਿੰਦੀ ਮੇਰੇ ਘਰ ਦੇਰ ਨਹੀਂ ਨੇਰ ਹੈ ਉਹ ਸੱਚ ਨੇਰ ਨਹੀਂ ਦੇਰ ਹੈ ਤੂੰ ਕਹਿੰਦੀ ਨਾਈਟ ਨਹੀਂ ਮੇਰੇ ਘਰ ਵੇਟ ਹੈ ਚੰਗੀਆਂ ਗੱਲਾਂ ਨਹੀਂ ਹੈਗੀਆਂ ਪਰਮਾਤਮਾ ਆ ਤੂੰ ਗੱਗੀ ਨੂੰ ਭਜਾਤਾ ਨਾ ਕੋਈ ਨਾ ਇੱਕ ਦਿਨ ਕੋਈ ਨਾ ਮੈਂ ਵੀ ਤੇਰੇ ਛਾਲ ਚ ਕਹੂੰਗਾ ਤੂੰ ਵੀ ਕੀ ਯਾਦ ਰੱਖੇਗਾ ਅਮੀਰਾਂ ਬੰਦਿਆਂ ਦੀ ਤਾਂ ਤੂੰ ਬਹੁਤ ਲਵੋ ਸੁਣਦਾ ਨਾ ਅਮੀਰ ਬੰਦਾ ਤਾਂ ਤੈਨੂੰ ਮਨੀ ਚੜ੍ਹਾ ਕੇ ਜਾਂਦੇ ਨੇ ਕੋਈ ਗੱਲ ਨਹੀਂ ਬਾਈ ਮੈਂ ਵੀ ਚੜ੍ਹਾਉਂਦਾ ਪਰ ਮੈਂ ਵੀ ਤੈਨੂੰ ਪਰਖਦਾ ਸੀਗਾ ਕੋਈ ਗੱਲ ਨਹੀਂ ਦੱਸੂ ਤੈਨੂੰ ਆਉਣ ਦੇ ਟਾਈਮ ਗੱਗੀ ਦਾ ਚੰਗੀ ਨਹੀਂ ਕਰੀ ਤਾਇਆ ਤਾਂ ਇਹ ਜਿਹੜਾ ਮੇਰਾ ਨਾਂ ਵੀ ਰੱਖਤਾ ਤਾਂ ਹੀ ਦੋ ਜਣੇ ਆਏ ਸੀ ਪੁਲਿਸ ਵਾਲੇ ਨਹੀਂ ਦੋ ਕਾਹਤੋਂ ਆਉਂਦੇ ਉਹਨੂੰ ਐਂ ਸੀਗਾ ਵੀ ਗੱਗੀ ਹਿਸਾਬ 'ਚ ਨਹੀਂ ਆਉਣਾ ਹਾਂ ਇੱਕ ਜਣਾ ਉਹਨੂੰ ਫੜ ਲੂਗਾ ਇੱਕ ਜਣਾ ਗੱਗੀ ਨੂੰ ਫੜ ਲੂਗਾ ਐਂ ਨਹੀਂ ਅੰਡਰਗਰਾਊਂਡ ਸਾਡੀ ਚੱਲੇ ਜ਼ਿੰਦਗੀ ਨਾ ਹੁਣ ਲੈਣ ਮਿਲਦੇ ਉਰੇ ਹੁਣ ਆਪਾਂ ਬਾਲਟੀ ਚੱਕ ਲੈਵੇ ਇੱਕ ਸਾਬਣ ਚੱਕ ਲੈਵੇ ਨਹਾਉਣਾ ਧਾਉਣਾ ਆਪਦਾ ਉਰੀ ਖਾਣਾ ਪੀਣਾ ਉਰੀ ਲੁੱਟ ਗਏ ਭੈਣ ਦੀ ਫਰਾਰੀਆਂ 'ਚ ਕੋਈ ਗੱਲ ਨਹੀਂ ਪਰ ਪਰਮਾਤਮਾ ਦੇਖ ਲੈ ਡਟਾਉਂਤ ਕਰੇ ਤੀਏ ਕੋਈ ਮੁੱਲ ਨਹੀਂ ਪਾਇਆ ਤੇਰੇ ਘਰ ਵੇਟ ਨਹੀਂ ਨਾਈਟ ਹੈ ਦੇਰ ਨਹੀਂ ਹਨੇਰ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਟੈਂਸ਼ਨ ਨਾ ਲੈ ਤੂੰ ਆਹ ਕੇਸ ਸੋਲਵ ਹੋ ਜਾਣ ਦੇ ਫਿਰ ਫਿਊਚਰ ਪਲੈਨਿੰਗਾਂ ਦੇਖੀ ਗੱਗੀ ਦੀਆਂ ਮੈਂ ਮਿੱਤੀ ਨੂੰ ਵਿਆਹ ਕੇ ਆਪਾਂ ਗੋਆ ਲੈ ਜਾਣਾ ਬੀਚ 'ਤੇ ਉੱਥੇ ਘਰ ਪਾ ਲੈਣਾ ਉੱਥੇ ਹੀ ਚਿਲਡਰਨ ਕਰ ਲੈਣੇ ਨੇ ਉੱਥੇ ਹੀ ਲੈਬ ਸੈੱਟ ਹੋ ਜਾਣੀ ਆ ਇਹਨਾਂ ਦੇ ਗਾੜਿਆਂ ਦੇ ਮੈਂ ਲਗਾਉੜਿਆਂ ਦੇ ਵੜਦੀ ਨਹੀਂ ਹੈਗਾ ਉਰੇ ਮੈਂ ਕੀ ਕਰਨਾ ਗਾ ਪੜ੍ਹ ਕੇ ਆਹਦੇ ਆਹ ਵਧੀਆ ਭੈਣ ਦਾ ਵਧੀਆ ਪਲੇਸ ਹੈ ਇੱਥੋਂ ਹੀ ਸਾਰਾ ਮਲਬਾ ਇਕੱਠਾ ਕਰਕੇ ਰੌਤਕ ਨੂੰ ਚਾੜ ਕੇ ਭੈਣ ਦੀ ਸਨਰੂਫ ਲੈ ਲੈਣੀ ਆ ਫੋਰਚੂਨਰ ਵਿੱਚ ਦੀਆਂ ਭੈਣ ਦੀ ਪ੍ਰੀਤੀ ਸਪਰੀ ਬਣ ਕੇ ਦੁਪੱਟਾ ਸੁਕਾਇਆ ਕਰੂਗੀ ਆਪਣੀ ਮਿੱਤੀ ਆਪਣੀ ਕਿਰਚ ਜਾਨ ਭੈਣ ਦੀ ਫਿਰ ਦੇਖੀ ਕੋਈ ਚੱਕਰ ਨਹੀਂ ਨਜ਼ਾਰਾ ਪੂਰਾ ਲੈਣਾ ਊਂ ਵੈਸੇ ਕਹਿੰਦੇ ਨੇ ਭੈਣ ਦੀ ਚੋਰ ਦੇ ਫੁੱਟ ਨਹੀਂ ਜਾਂ ਗੱਗੀ ਦੇ ਫੁੱਟਣੇ ਭੈਣ ਦੀ ਤਾਂ ਹੀ ਫਿਰਦਾ ਉਰੇ
ਭੱਜਾ ਪੁਲਿਸ ਤੋਂ, ਕਿੱਥੋਂ ਫੜ ਦਿਓ ਪੁਲਿਸ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਹੈ। ਗੱਗੀ ਆ ਕੋਈ ਗੱਲ ਨਹੀਂ ਬਾਬੇ, ਆਸਾ ਟਰੈਟ ਹੋਏ ਇੱਥੇ ਪ੍ਰੀ ਵੈਡਿੰਗ ਕਰਾਊ ਮੈਂ ਖਰਚ ਨਾਲ ਹੋਏ। ਐਂ ਭੈਣ ਦੀ ਜਦੋਂ ਖੜੀ ਹੋਊਗੀ ਉਹ ਵੈਚਰ ਜਨਾਨੀ ਜਾਜੂਗੀ ਬਹੁਤ। ਬਸ ਗੱਗੀ ਆ ਪੁਲਿਸ ਤੋਂ ਬਚ ਜਾ, ਉਹ ਭੈਣ ਦਾ ਕਿਤੇ ਟੂਕਣਾ ਕੁੜ ਜੇ। ਪੀ ਪੀ ਤੋਂ ਬਚ ਜਾ, ਪੀ ਪੀ ਤੋਂ ਬਹੁਤ ਭੈਣ ਦਾ ਕਹਿੰਦੇ ਪਟਿਆਲੀ ਮਸ਼ੀਨ 'ਤੇ ਝਾੜਦੇ ਨੇ ਕਹਿੰਦੇ ਇੱਕ ਸਿੱਲੀ ਕਹਿੰਦੇ ਬਰਫ਼ ਦੀ, ਜਦੋਂ ਕਹਿੰਦੇ ਉੱਤੇ ਧਰ ਦਿੰਦਾ ਕਹਿੰਦੇ ਮੰਕੀ ਵਰਗੀ ਹੋ ਜਾਂਦੀ ਆ ਪਿੱਛੋਂ ਕਹਿੰਦੇ ਪੱਠਾ। ਬਾਹੂਰੀ ਰਾਤ ਕੱਟ ਲਾਂਗੇ ਆਪਾਂ ਟਾਇਰ ਥੱਲੇ ਵੜ ਕੇ। ਇੱਕ ਅੱਧਾ ਕੂਤਰਾ ਕਾਤਰ ਆ ਜੂਗਾ, ਉਹ ਐਂ ਤਾਂ ਕੂਤਰੇ ਨਾਲ ਬਸ ਗਲ ਲਾ ਕੇ ਕੂਤਰੇ ਨੂੰ ਉਰੀ ਪੈ ਜਾਂਗੇ, ਉਰੀ ਆਪਾਂ ਕਰ ਲੈਣੀ ਹੈਗੀ ਜ਼ਿੰਦਗੀ ਬਤੀਤ। ਇਹਦੀ ਭੈਣ ਦਾ ਜਵਾਰ ਭਾਟਾ ਭਾਈ ਜਾ, ਉਹ ਆਰਾਮ ਕਰ ਲਾ ਦੋ ਘੜੀ। ਹਾਂ ਬੀਬਾ, ਮਿੱਤੀ ਤੇਰਾ ਨਾਮ ਹੀ ਆ? ਹਾਂਜੀ। ਮਖਤਿਆਰਾ ਤੇਰਾ ਮਾਮੀ ਆ? ਹਾਂਜੀ। ਦਲਵੀਰ ਕਿੱਥੇ ਆ ਦੱਸੋ? ਉਹ ਵੀ ਨਹੀਂ ਮੈਨੂੰ ਪਤਾ ਜੀ ਕਿੱਥੇ। ਉਹਨੇ ਜ਼ਹਿਰ ਦਿੱਤਾ ਤੈਨੂੰ? ਉਹਨੂੰ ਪੇਸ਼ ਕਰੋ ਸਾਡੇ ਕੋਲੇ।